ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਪੀਐਸ ਸੰਧੂ ਨੂੰ 50,000 ਰਿਸ਼ਵਤ ਲੈਣ ਦੇ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 3 ਸਾਲ ਦੀ ਸਜ਼ਾ ਸੁਣਾਈ ਹੈ। 31 ਜੁਲਾਈ ਨੂੰ ਅਦਾਲਤ ਨੇ ਇਸ ਮਾਮਲੇ ਵਿੱਚ ਸੰਧੂ ਨੂੰ ਦੋਸ਼ੀ ਕਰਾਰ ਦਿੱਤਾ ਸੀ। 7 ਸਾਲ ਕੇਸ ਚੱਲਣ ਪਿੱਛੋਂ ਸੀਬੀਆਈ ਦੀ ਕੋਰਟ ਨੇ ਇਹ ਫੈਸਲਾ ਸੁਣਾਇਆ ਏ। ਸੰਧੂ ਨੂੰ 3 ਸਾਲ ਦੀ ਕੈਦ ਦੇ ਨਾਲ 1,00,000 ਰੁਪਿਆ ਜੁਰਮਾਨਾ ਵੀ ਲਗਾਇਆ ਗਿਆ ਏ। ਕਾਬਲੇ ਗੌਰ ਹੈ ਕਿ ਮਾਮਲਾ 12 ਜੁਲਾਈ 2011 ਨੂੰ ਦਰਜ ਹੋਇਆ ਸੀ। ਸੰਧੂ ਤੇ ਇਲਜ਼ਾਮ ਸਨ ਕਿ ਉਹਨਾਂ ਨੇ ਨਿਸ਼ਾਂਤ ਸ਼ਰਮਾ ਨਾਮਕ ਵਿਅਕਤੀ ਤੋਂ ਇੱਕ ਮੁਕੱਦਮੇ ਵਿੱਚ ਰਾਹਤ ਦੇਣ ਦੇ ਬਦਲੇ 3,00,000 ਰੁਪਏ ਦੀ ਰਿਸ਼ਵਤ ਮੰਗੀ ਸੀ ਅਤੇ 50,000 ਰੁਪਏ ਦੀ ਰਿਸ਼ਵਤ ਪੇਸ਼ਗੀ ਲੈਂਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।